सत श्री अकाल जी सारे पंजाबियों नूं। अज मैं दो बड़े गंभीर भक दे मसलों बारे तुहाडे नाल अपने विचार सांझे करना चाहुंदा, ते तुहाडे जिहड़े विचार जां सुझाव ने वह वीडियो के थले जिहड़े कमेंट आउणगे उहदे चों असीं पढ़ लैंदे हुंदे आ। ते आही लोकतंत्र है कि एक दूजे नाल विचार वटांदरा, भावें वह सोशल मीडिया राही, भावें वह जिस तरह भी होवे, जिहड़े भी मर्जी प्लेटफॉर्म ते वो होना चाहिए। कांग्रेस दे मैं वैसे तो उन्होंने 129 पेज का बड़ा झूठ का पलंदा सीगा जिहड़ा मैनीफेस्टो सी, पर उस मेन जे मैं दो जिहड़ी उन्होंने वादे किए सी उन्होंने रिलेटड ही अज दो मसले गल करनी चाहुंदा। कैप्टन साहब ने कैबिनेट दे विच कल फैसला किया मीटिंग दे विच कि जिहड़ा जल विभाग है, वाटर रिसोर्स जिहड़ा डिपार्टमेंट है, ਉਹਦੇ ਵਿੱਚੋਂ 8697 ਜਿਹੜੀਆਂ ਅਸਾਮੀਆਂ ਪੋਸਟਾਂ ਉਹ ਖਤਮ ਕਰਨ ਦਾ ਫੈਸਲਾ ਲੈ ਲਿਆ ਜੀ। ਇਹ ਉਹੀ ਵਿਭਾਗ ਹੈ ਜਿੱਥੇ ਜਿਹੜੇ ਐਕਸ ਜਿਹੜੇ ਉਹ ਚੀਫ ਸੈਕਟਰੀ ਕਰਨ ਅਵਤਾਰ ਜੀ ਨੂੰ ਉਹਦਾ ਚੇਅਰਮੈਨ ਲਾਉਣ ਵਾਸਤੇ ਸਪੈਸ਼ਲੀ ਉਹਨਾਂ ਨੂੰ ਐਡਜਸਟ ਕਰਨ ਵਾਸਤੇ, ਕਿਉਂਕਿ ਅਫਸਰ ਇਹ ਇਸ ਲੈਵਲ ਦੇ ਅਫਸਰ ਕਦੇ ਰਿਟਾਇਰ ਨਹੀਂ ਹੁੰਦੇ, ਉਹਨਾਂ ਵਾਸਤੇ ਨਵਾਂ ਉਹਦਾ ਕੋਈ ਨਾ ਕੋਈ ਕ੍ਰੀਏਟ ਕਰ ਲਿਆ ਜਾਂਦਾ। मतलब 50 ਦੇ ਕਰੀਬ ਪੋਸਟਾਂ ਕ੍ਰੀਏਟ ਕਰ ਲੀਆਂ ਉਹਨਾਂ ਨੂੰ ਤੇ ਉਹਨਾਂ ਦੇ ਸਟਾਫ ਨੂੰ ਇਸ ਜਗ੍ਹਾ ਤੇ ਫਿੱਟ ਕਰਨ ਵਾਸਤੇ। ਜਿਹੜੀਆਂ ਪੋਸਟਾਂ ਹੈ ਨਹੀਂ ਸੀ ਉਹ ਕ੍ਰੀਏਟ ਕਰ ਲੀਆਂ, ਬਣਾ ਲੀਆਂ ਨਵੀਆਂ ਪੋਸਟਾਂ, ਤਾਂ ਕਿ ਕਰਨ ਅਵਤਾਰ ਤੇ ਉਹਨਾਂ ਦਾ ਜਿਹੜਾ ਸਾਰਾ ਸਟਾਫ ਜਾਂ ਉਹਨਾਂ ਦਾ ਜਿਹੜਾ ਉਹ ਐਡਜਸਟ ਹੋ ਸਕੇ। ਤੇ ਜਿਹੜੀਆਂ ਆਲਰੇਡੀ ਕ੍ਰੀਏਟ ਕੀਤੀਆਂ ਹੋਈਆਂ ਅਸਾਮੀਆਂ ਸੀ, ਆਮ ਲੋਕਾਂ ਦੇ ਧੀਆਂ ਪੁੱਤ ਜਿੱਥੇ ਕੰਮ ਕਰਦੇ ਸੀ, ਉਹਨਾਂ ਨੂੰ ਕਹਿੰਦੇ ਅਸੀਂ 8700 ਦੇ ਲਗਭਗ ਉਹਨੂੰ ਖਤਮ ਕਰ ਦਿਆਂਗੇ। ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਸਾਹਿਬ, ਮੈਂ ਤੁਹਾਡੇ ਤੋਂ ਇਹ ਪੁੱਛਦਾ, ਤੁਸੀਂ ਘਰ ਘਰ ਨੌਕਰੀਆਂ ਤਾਂ ਕੀ ਦੇਣੀਆਂ ਸੀ, ਤੁਸੀਂ ਤਾਂ ਬੱਚੀਆਂ ਖੁੱਚੀਆਂ ਵੀ ਖੋਣ ਲੱਗ ਗਏ। ਕਦੇ ਤੁਸੀਂ ਕਹਿੰਦੇ ਹੋ ਵੀ ਇਸ ਮਹਿਕਮੇ 'ਚੋਂ ਵੀ ਹੁਣ ਆਪਾਂ ਛਾਂਟੀ ਕਰੋ, ਇਹਨਾਂ ਨੂੰ ਵੀ ਕੱਢ ਦਿਉ, ਇਸ ਮਹਿਕਮੇ 'ਚੋਂ ਵੀ ਛਾਂਟੀ ਕਰ ਦਿਉ। ਸੋ ਵਾਅਦਾ ਤੁਸੀਂ ਕੀਤਾ ਸੀ ਘਰ ਘਰ ਨੌਕਰੀ ਦੇਣ ਦਾ, ਅਤੇ ਹੁਣ ਤਾਂ ਤੁਸੀਂ ਬੱਚੀਆਂ ਖੁੱਚੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਖੋਣ ਦਾ ਕੰਮ ਕਰ ਰਹੇ ਹੋ। ਕੀ ਜਵਾਬ ਹੈ ਤੁਹਾਡੇ ਕੋਲ ਇਹਦੇ ਬਾਰੇ, ਸਪਸ਼ਟ ਕਰੋ। ਅਤੇ ਦੂਜਾ ਤੁਸੀਂ ਵਾਅਦਾ ਕੀਤਾ ਸੀ, ਮੈਂ ਸਿਰਫ ਵਾਅਦੇ ਤੁਸੀਂ ਬਹੁਤ ਕੀਤੇ ਸੀ, ਪਰ ਮੈਂ ਅੱਜ ਜਿਹੜਾ ਵਾਅਦਾ ਤੁਹਾਨੂੰ ਯਾਦ ਕਰਾ ਰਿਹਾ ਕਿ ਗਰੀਬਾਂ ਨੂੰ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ, ਲੈਂਡਲੈਸ ਦਲਿਤ ਜਿਹੜੇ ਨੇ, ਜਾਂ ਗਰੀਬਾਂ ਨੂੰ ਅਸੀਂ ਪੰਜ ਮਰਲਿਆਂ ਦੇ ਪਲਾਟ, ਜਿਹੜੇ ਬੇਘਰੇ ਨੇ, ਪੰਜ ਮਰਲਿਆਂ ਦੇ ਪਲਾਟ ਨਹੀਂ, ਪਲਾਟ ਦੇ ਉੱਤੇ ਘਰ ਪਾ ਕੇ ਦੇਵਾਂਗੇ। ਲੋਕਾਂ ਨੇ ਤੁਹਾਡੇ 'ਤੇ ਯਕੀਨ ਕਰ ਲਿਆ ਕਿ ਹਾਂ ਸ਼ਾਇਦ ਇਹ ਤਾਂ ਹੋ ਜੂਗਾ, ਪਰ ਸੇਖੋਵਾਲ ਪਿੰਡ ਹੈ ਜੀ ਮੱਤੇਵਾਲਾ ਕੋਲੇ ਲੁਧਿਆਣਾ ਜ਼ਿਲ੍ਹੇ 'ਚ, ਉਸ ਪਿੰਡ ਦੀ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ, ਜਿਹੜੀ ਕਿ ਬੇਘਰਿਆਂ ਨੂੰ ਉੱਥੇ ਦਲਿਤ ਜਿਹੜੇ ਵਰਗ ਹੈ ਉਹਨਾਂ ਨੂੰ ਖੇਤੀ ਵਾਸਤੇ ਅਲੋਟ ਹੋਈ ਸੀ 407 ਕਿੱਲੇ, ਉਹ ਸਾਰੀ ਦੀ ਸਾਰੀ ਅਕੁਆਇਰ ਕਰ ਲਈ, ਪੂਰੇ ਪਿੰਡ ਦੀ ਜ਼ਮੀਨ ਹੀ ਅਕੁਆਇਰ ਕਰ ਲਈ। ਉਹਨਾਂ ਨੇ 36 ਸਾਲ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜ ਕੇ ਹੱਕ ਉਹਨਾਂ ਨੇ ਲਿਆ ਸੀਗਾ ਉੱਤੇ ਜ਼ਮੀਨ 'ਤੇ ਖੇਤੀ ਕਰਨ ਦਾ। ਇੱਕ ਪਾਸੇ 5 ਮਰਲਿਆਂ ਦੇ ਪਲਾਂਟ ਦੇ ਕੇ ਉਹਨਾਂ ਨੂੰ ਘਰ ਪਾਉਣ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜਿੰਨਾ ਜਿਹੜੀ ਜ਼ਮੀਨ 'ਤੇ ਖੇਤੀ ਕਰਕੇ ਉਹਨਾਂ ਦੀ ਰੋਟੀ ਚੱਲਦੀ ਸੀ ਉਹ ਤੁਸੀਂ ਸਾਰੇ ਜਿਹੜੇ ਬੇਜ਼ਮੀਨੇ ਕਰਤੇ। ਇਹਦੇ ਬਾਰੇ ਤੁਹਾਡਾ ਕੀ ਜਵਾਬ ਹੈ, ਸਪਸ਼ਟ ਕਰੋ ਕੈਪਟਨ ਸਾਹਿਬ। ਠੀਕ ਹੈ, ਤਾਂ ਤੁਸੀਂ ਸਰਕਾਰ 'ਚੋਂ, ਤੁਸੀਂ ਮੁੱਖ ਮੰਤਰੀ ਹੋ, ਸੂਬੇ ਦੇ ਹੈੱਡ ਹੋ, ਮਨਮਾਨੀਆਂ ਕਰ ਰਹੇ ਹੋ, ਕਰੋਨਾ ਦੀ ਆੜ ਦੇ ਵਿੱਚ ਮੋਦੀ ਸਾਹਿਬ ਉੱਤੋਂ ਕਰੀ ਜਾਂਦੇ ਆ, ਤੁਸੀਂ ਇੱਥੋਂ ਕਰੀ ਜਾਂਦੇ ਆ ਕਿ ਇੰਡਸਟਰੀ ਜਿਹੜੀ ਆ ਉਹਦੇ ਵਾਸਤੇ ਇਹ ਜ਼ਮੀਨ ਲੈਣੀ ਹੈ। ਮੈਨੂੰ ਦੱਸੋ, ਮੰਡੀ ਗੋਬਿੰਦਗੜ੍ਹ ਉਹ ਸਾਰਾ ਸ਼ਹਿਰ ਹੀ ਉੱਜੜ ਗਿਆ, ਉਹਨੂੰ ਰਿਵਾਈਵ ਕਰ ਦਿਉ, ਉਹਨੂੰ ਦੁਬਾਰਾ ਚਾਲੂ ਕਰ ਲਓ। ਰਾਜਪੁਰਾ, ਗੁਰਾਇਆ, ਫਲੌਰ, ਧਾਰੀਵਾਲ, ਬਟਾਲਾ, ਇਹ ਇੰਡਸਟਰੀਅਲ ਸਿਟੀ ਬਣਾਏ ਸੀਗੇ, ਤੁਸੀਂ ਇੱਥੋਂ ਦੀ ਇੰਡਸਟਰੀ ਨੂੰ ਜਿਹੜੀ ਹੈ ਉਹਨੂੰ ਦੁਬਾਰਾ ਚਾਲੂ ਕਰ ਲਓ। ਤੁਸੀਂ ਇੰਡਸਟਰੀ ਦੇ ਬਹਾਨੇ ਪਹਿਲਾਂ ਤਾਂ ਅਸੀਂ ਰੌਲਾ ਰੂੜਾ ਪਾ ਕੇ ਮੱਤੇਵਾੜਾ ਜੰਗਲ ਬਚਵਾਏ ਨੇ, ਤੁਸੀਂ ਕਿਹਾ ਵੀ ਨਹੀਂ ਜੰਗਲ ਦੀ ਜ਼ਮੀਨ ਨਹੀਂ ਅਸੀਂ ਕਰਦੇ। ਇਹ ਉਹੀ ਜਗ੍ਹਾ ਹੈ ਕੈਪਟਨ ਸਾਹਿਬ ਜਿੱਥੇ ਸੁਖਬੀਰ ਬਾਦਲ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਸਤੇ ਟਰੈਕ ਅਤੇ ਕਸੀਨੋ ਜੂਏ ਦੇ ਅੱਡੇ ਖੋਲ੍ਹਣਾ ਚਾਹੁੰਦਾ ਸੀ, ਉਹ ਤੁਸੀਂ ਵਿਰੋਧ ਕਰਦੇ ਸੀ, ਅਤੇ ਹੁਣ ਤੁਸੀਂ ਇਹ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ 'ਤੇ ਵੀ ਅੱਖ ਰੱਖ ਲਈ।
पिछली बार तुसीं सारे तुसीं जिहड़े सरकारी रेस्ट हाउस सीगे नहरां दे किनारे वह बेचे रहिंदे खुंदे अकाली दल बेच गया हुण तुसीं आ चीज़ां जिहड़ियां सरकारी शामलाटां ने उन्हां ते अख रख ली। सो किरपा करके पंजाब दे विच कुछ रह लैण दिओ, पंजाब सरकार दे नाम तुसीं बेच वट के पंजाब नूं बिल्कुल जिहड़ा वह तुसीं मैं कहूँगा कि कंगाल करके तुसीं जाना चाहुंदे हो। 2022 दे विच आम आदमी पार्टी की सरकार जदों आऊगी असीं आपे जिहड़ा पंजाब दे खजाने भर लांगे, जिहड़ा तुसीं माफिए चलाए हुए ने आपदे हिस्से पाए हुए ने वो सारे बंद करके असीं पंजाब नूं पैरां सिर कर लेंगे। पर किरपा करके वो तो पहला तुसीं तां करजे का ब्याज देण वास्ते भी करजा ले लैंदे हो। सो असीं सख्त विरोध करांगे। एक तां जिहड़ा जल स्रोत मिनिस्टर जिहड़ी विभाग है उहदे विच्चों जिहड़ियां छांटियां कर रहे हो तुसीं, ते दूजा जिहड़ा तुसीं पिंडां दीआं पंचायतां दीआं जमीनां ते अख रखी हुई है इंडस्ट्री दे नां ते, तुसीं अपने जिहड़े नज़दीकी ने उद्योगपति उहनां नूं फायदा पहुँचाओगे, फिर तुहाडे ते मोदी च की फर्क रह गया। एक पास तां तुसीं कहिंदे हो कि मैं खेती दे ऑर्डीनेंस जिहड़े जारी हुए ने सेंटर वल्लों उहनां नूं पंजाब च लागू नहीं करूँगा, इहदे नाल MSP खत्म हो जाऊगी, इहदे नाल किसान मारिया जाऊगा, ते दूजे पासे कैबिनेट दे विच तुसीं इंतकाल कराउण दीआं फीसां डबल कर दिंदे हो। फायर ब्रिगेड जे बुलाउणी है तां कहिंदे 5000 रुपये जमा कराओ, वह भी प्राइवेट करता तुसीं। बाकी जे NOC लैनी है फायर की, चाहे किसी पेट्रोल पंप ने, पेट्रोल पंप वास्ते 25000 रुपये फीस करती, जे एक स्कूल वास्ते 10000 तो वधाती फीस 15000, 10000 जां 15000 करती। मतलब कोई जगह तो छड़ दो जी जिथे लोगों सह आने जोगी हवा बचे, किसी पासे तो ठंडी हवा का बुला आवे। सो करोना के बहाने तुसीं डिक्टेटरशिप वाले जिहड़े मोदी वाले जिहड़े ढंग ने वह तुसीं अपना रहे हो पंजाब नूं लुट्टण दे। सो ये नहीं होण देवांगे। तुसीं धरनिआं ते पाबंदी लाती, तुसीं मंग पत्तर देण ते भी पाबंदी लाती, मतलब तुसीं लॉकडाउन नूं आपदी सरकार नूं बचाउण वास्ते क्यों यूज़ कर रहे हो कि जी ना जी कोई धरने नहीं दे सकदी पार्टी, कोई कितें रैली नहीं कर सकते, चलो रैली तो पहले भी नहीं करते, मंग पत्तर भी नहीं दे सकते। फिर तुसीं मैनूं दसो जिहड़े 3 महीने लॉकडाउन किया उस च किया की है तुसीं, हस्पतालां नूं अपडेट तुसीं नहीं कर सके, लैबां दे घोटाले निकल के आ रहे ने, PPE किटां दे घोटाले निकल के आ रहे ने। कैप्टन साहब फार्म हाउस ते बैठे किन्हां दी सलाह लैंदे हो ये भी दस दो। सो पंजाब नूं कंगाल करन दा रोज़ नवां एक तुगलकी फरमान आ जांदा है। लोकतंत्र है, लोग सब देख रहे ने 2022 दे विच किहड़ा मूंह लैके तुसीं कांग्रेस वाले जिहड़े ने ते अकाली दल वल तां लोकां ने पहली मूंह फेर लिया, तुहानूं जवाब देना पऊगा कि 2017 दे विच जिहड़े लिखती रूप च घर घर नौकरियां, स्मार्टफोन, 5 मरलिआं दे प्लाट, 2500 रुपया बुढ़ापा पेंशन, होर पता नहीं की तुसीं वादे कीते सीगे, लोग कल्ले कल्ले दा हिसाब मंगणगे ते तुहाडे तों जवाब दित्ता नहीं जाणा। ते ऐसी मार जिहड़ी है लोग बटन दब के मशीन दा कांग्रेस नूं मारनगे कि जिवें दिल्ली दे विच होया ना कि 2 बार हो गया दिल्ली दे विच कांग्रेस की जिहड़ी परफॉर्मेंस है 0 आउंदी है, 0 एक भी MLA नहीं हैगा, ना 2015 सी ना 2020 है, इहो जी मार पऊगी तुहानूं पंजाब दे विच। इस करके इहो जी लुट जिहड़ी उह बंद करो, तुहाडे आपदे मिनिस्टर तुहाडे आपदे MLA जिहड़े ने उह तुहानूं समझाउण लगे हुए ने कि कृपा करके पिंडां च जाण जोगे जां लोकां दा सामना करन जोगे सानूं छड्ड दिओ। असीं आम आदमी पार्टी मुख विरोधी धिर दे तौर ते जदों कोई चंगा फैसला लाउंगे तां साथ भी दिंदे आ, ते जे इस तरह दे फैसले आउणगे तां डट के विरोध करांगे। ਧੰਨਵਾਦ ਜੀ।